ਅੱਜ SSP ਦਫ਼ਤਰ ਤਰਨ ਤਾਰਨ ਵਿਖੇ ਜਿਹੜੀ ਹੈ ਉਹ ਸ਼੍ਰੀ ਗੌਰਵ ਤੁਰਾ ਜੀ SSP ਤਰਨ ਤਾਰਨ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸਮੁੱਚੀ ਪ੍ਰੈਸ ਨੂੰ ਜਿਹੜਾ ਹੈ ਉਹ ਬਰੀਫ ਕਰਦੇ ਹੋਏ ਉਹਨਾਂ ਪਿਛਲੇ 2.5 ਮਹੀਨਿਆਂ ਦੇ ਵਿੱਚ ਜਿਹੜਾ ਹੈ ਤਰਨ ਤਾਰਨ ਪੁਲਿਸ ਵੱਲੋਂ ਮਿਲੀ ਕਾਮਯਾਬੀ 'ਤੇ ਵੀ ਜਿਹੜਾ ਹੈ ਝਾਤ ਮਾਰੀ ਹੈ। ਤਾਂ ਸਾਡੇ ਨਾਲ ਬਣੇ ਨੇ ਗੱਲਬਾਤ ਕਰਕੇ ਜਾਣਦੇ ਹਾਂ ਕਿ ਅੱਜ 2.5 ਹਫ਼ਤਿਆਂ ਬਾਅਦ ਜਿਹੜਾ ਹੈ ਉਹ ਪ੍ਰੈਸ ਨੂੰ ਬਰੀਫ ਕੀਤਾ ਹੈ, ਪ੍ਰੈਸ ਦੇ ਸਾਹਮਣੇ ਆਏ ਨੇ, ਜਦੋਂ ਦਾ ਵੀ ਚਾਰਜ ਸੰਭਾਲਿਆ ਹੈ ਤਾਂ ਕੀ ਭਾਵਨਾਵਾਂ ਕੀ ਨੇ ਅਤੇ ਅੱਜ ਕਿਸ ਤਰੀਕੇ ਦੇ ਨਾਲ ਵੇਖਦੇ ਨੇ ਕਾਨਫਰੰਸ ਦੇ ਦੌਰਾਨ ਕਿਹੜੀ ਜਾਣਕਾਰੀ ਜਿਹੜੀ ਹੈ ਉਹ ਪ੍ਰੈਸ ਦੇ ਰਾਹੀਂ ਆਪਣੇ ਡਿਊਟੀ ਅਫਸਰਾਂ ਨੂੰ ਵੀ ਦੇਣੀ ਚਾਹੁੰਦੇ ਨੇ। ਨਾਲ ਬਣੇ ਨੇ ਸ਼੍ਰੀ ਗੌਰਵ ਤੁਰਾ ਜੀ, ਗੱਲਬਾਤ ਕਰਕੇ ਜਾਣਦੇ ਹਾਂ ਮਾਮਲਾ ਵੀ ਪੂਰਾ ਕੀ ਹੈ। ਮਾਨਯੋਗ DGP ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਨਿਗਰਾਨੀ ਹੇਠ ਤਰਨ ਤਾਰਨ ਪੁਲਿਸ ਦੇ ਵਿੱਚ ਜਿਹੜਾ ਵਧੀਆ ਜਿਹੜਾ ਕੰਮ ਜੁਰਮ ਦੇ ਖਿਲਾਫ਼ ਕੀਤਾ ਗਿਆ ਹੈ ਅਤੇ ਉਹਦੇ ਬਾਰੇ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਜਿਹੜਾ ਦੇਣਾ ਚਾਹੁੰਦਾ, ਪਿਛਲੇ 2 ਹਫ਼ਤਾ ਦੇ ਵਿੱਚ 126 ਜਿਹੜੇ ਮੁਕੱਦਮੇ ਹੈਗੇ ਆ ਉਹ ਦਰਜ ਕੀਤੇ ਗਏ ਹਨ, ਜਿਹਦੇ ਵਿੱਚ 58 ਜਿਹੜੀ ਕ੍ਰਿਮੀਨਲ ਸੀ ਜਿਹੜੀ ਅਰੈਸਟ ਕੀਤੀ ਗਈ ਹੈਗੀ ਹੈ। ਵੱਖ ਵੱਖ ਥਾਵਾਂ 'ਤੇ ਜਿਹੜੀ ਹੌਟ ਕ੍ਰਾਈਮ ਸਪੋਟਸ ਹੈ ਉਹਨਾਂ ਦੇ ਵਿੱਚ ਜਿਹੜੀ ਰੇਡ ਕੀਤੀ ਗਈ, ਜਿਹੜੇ ਸ਼ੱਕੀ ਬੰਦੇ ਹੈ ਉਹਨਾਂ ਨੂੰ ਅਸੀਂ ਰੇਡੀ ਰੈਗੂਲਰਲੀ ਰਾਊਂਡ ਅਪ ਕਰ ਰਹੇ ਹੈਗੇ ਹਾਂ। ਇਸ ਤੋਂ ਇਲਾਵਾ 2 ਹਫ਼ਤਿਆਂ ਦੇ ਵਿੱਚ ਅਸੀਂ ਜਿਹੜਾ 3 ਜਿਹੜਾ ਨਜਾਇਜ਼ ਅਸਲਾ ਹੈਗਾ ਦੇਸੀ ਕੱਟੇ ਉਹ ਵੀ ਰਿਕਵਰ ਕੀਤੇ ਹਨ। NDPS ਐਕਟ ਨਸ਼ਿਆਂ ਦੇ ਖਿਲਾਫ਼ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਵਿੱਚ ਜਿਹੜੀ ਵੱਡੀ ਰਿਕਵਰੀ ਸਾਡੀ ਹੋਈਆਂ ਹਨ, ਜਿਹਦੇ ਵਿੱਚ ਅਸੀਂ 16 ਮੁਕੱਦਮੇ ਦਰਜ ਕੀਤੇ ਹਨ ਅਤੇ 17 ਜਿਹੜੇ ਡਰੱਗ ਟਰੈਫਿਕਰਸ ਹੈ ਉਹਨਾਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ ਵਿੱਚ 2 ਕਿਲੋ ਤੋਂ ਵੱਧ ਅਸੀਂ ਜਿਹੜੀ ਹੈਰੋਇਨ ਹੈ ਉਹ ਰਿਕਵਰ ਕੀਤੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਸ਼ਰਾਬ ਦੇ ਉੱਤੇ ਵੀ ਜਿਹੜੇ 2 ਹਫ਼ਤਿਆਂ ਦੇ ਵਿੱਚ 15 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 11 ਜਿਹੜੇ ਅਕਿਊਜ਼ਡ ਅਰੈਸਟ ਕੀਤੇ ਹਨ। ਜਿਹੜੀ ਕਾਫ਼ੀ ਥਾਂ ਇੱਦਾਂ ਦੀ ਹੈਗੀਆਂ ਜਿੱਥੇ ਬਾਰ ਬਾਰ 2 ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ, ਉਹਦੇ ਵਿੱਚ ਜਿਹੜਾ ਪ੍ਰੀਵੈਂਟਿਵ ਐਕਸ਼ਨ ਪਾਰਟੀਜ਼ ਦੇ ਖਿਲਾਫ਼ ਕੀਤਾ ਗਿਆ ਹੈਗਾ, ਇਹਦੇ ਵਿੱਚ 16 ਥਾਂ ਜਿਹੜਾ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਅੰਡਰ 126-179 BNSS, 12 ਬੰਦਿਆਂ ਦੀ ਜਿਹੜੀ ਅਰੈਸਟ ਕੀਤੀ ਗਈ 128 BNSS ਦੇ ਵਿੱਚ, ਤਾਂ ਕਿ ਮੁੜ ਕੇ ਜਿਹੜਾ ਇਹ ਜਿਹੜਾ ਕੋਈ ਵੀ ਜਿਹੜਾ ਜੁਰਮ ਨਾ ਕਰਨ ਅਤੇ ਇਹਨਾਂ ਨੇ ਸ਼ੋਰਿਟੀ ਜਿਹੜੀ ਕੋਰਟ ਦੇ ਵਿੱਚ ਭਰੀ ਹੈਗੀ ਹੈ। ਨਸ਼ਾ ਦੇ ਖਿਲਾਫ਼ ਜਿਹੜੀ ਵੱਡੀ ਲੜਾਈ ਦੇ ਵਿੱਚ ਵੱਡੇ ਵੱਡੇ ਜਿਹੜੇ ਡਰੱਗ ਸਮਗਲਰਸ ਹੈਗੇ ਆ ਉਹਨਾਂ ਦੀ ਜਿਹੜੀ ਪ੍ਰੋਪਰਟੀ ਫਰੀਜ਼ ਕਰਨ ਦੀ ਜਿਹੜੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿਛਲੇ 1 ਸਾਲ ਦੇ ਵਿੱਚ ਜਿਹੜੇ 19 ਕੇਸ ਜਿਹੜੇ ਹੈਗੇ ਆ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸੀ, ਜਿਹੜੇ 3.5 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਜਾਇਜ਼ਾਦ ਉਹਨਾਂ ਦੀ ਜਿਹੜੀ ਫਰੀਜ਼ ਕਰਨ ਦੀ ਆਪਾਂ ਜਿਹੜਾ ਕੇਸ ਬਣਾ ਕੇ ਭੇਜੇ ਸੀ, ਜਿਹਦੇ ਵਿੱਚ 2.63 ਕਰੋੜ ਰੁਪਏ ਦੇ ਜਿਹੜੇ ਪ੍ਰੋਪਰਟੀਜ਼ ਹੈ ਉਹ ਫਰੀਜ਼ ਜਿਹੜੀ ਕਰ ਲਈਆਂ ਗਈਆਂ ਹਨ ਅਤੇ ਪਿਛਲੇ 2 ਹਫ਼ਤੇ ਦੇ ਵਿੱਚ ਆਪਾਂ ਤਕਰੀਬਨ 55 ਲੱਖ ਰੁਪਏ ਦੀ ਜਿਹੜੀ ਪ੍ਰੋਪਰਟੀ ਹੈਗੀ ਹੈ ਉਹਨੂੰ ਅਸੀਂ ਫਰੀਜ਼ ਕੀਤਾ ਹੈ। ਪਿਛਲੇ 2 ਹਫ਼ਤੇ ਦੇ ਵਿੱਚ ਅਸੀਂ ਜਿਹੜੇ 5 ਡਰੋਨ ਜਿਹੜੇ ਸਰਹੱਦੋਂ ਪਾਰ ਉਹ ਵੀ ਰਿਕਵਰ ਕੀਤੇ ਹਨ ਅਤੇ ਤਕਰੀਬਨ 900 ਗ੍ਰਾਮ ਜਿਹੜੀ ਹੈਰੋਇਨ ਹੈ ਉਹਨਾਂ ਕੋਲੋਂ ਰਿਕਵਰ ਹੋਈ ਹੈ। ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਜਿਹੜਾ ਸਰਹੱਦ ਇਲਾਕਾ ਹੋਣ ਲਈ ਵੱਖ ਵੱਖ ਥਾਂ 'ਤੇ ਜਿਹੜੇ ਸਖ਼ਤ ਜਿਹੜੇ ਨਾਕੇ ਲਗਾਏ ਗਏ ਹਨ, ਜਿਹਦੇ ਵਿੱਚ ਸੈਕਿੰਡ ਲਾਈਨ ਆਫ ਡਿਫੈਂਸ ਜਿਹੜੇ 21 ਨਾਕੇ ਹਨ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚ ਲਾਏ ਗਏ ਹਨ, ਜਿਹੜੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਕੋਈ ਵੀ ਜਿਹੜਾ ਮਾੜਾ ਅਨਸਰ ਹੈਗਾ ਹੈ ਜਿਹੜਾ ਉੱਥੇ ਘੁੰਮ ਰਿਹਾ ਹੈਗਾ ਹੈ ਉਹਦੇ 'ਤੇ ਨੱਥ ਪਾਉਣ ਲਈ ਅਤੇ ਉੱਥੇ ਨੂੰ ਵੈਰੀਫਾਈ ਕਰਨ ਦਾ ਵੀ ਜਿਹੜਾ ਕੰਮ ਕਰ ਰਹੇ ਹਨ। ਜਿਹੜੇ ਸਾਡੇ ਵੱਡੇ ਸ਼ਹਿਰ ਹੈਗੇ ਹੈ ਤਰਨ ਤਾਰਨ ਸਾਹਿਬ, ਪੱਟੀ, ਖਡੂਰ ਸਾਹਿਬ, ਗੋਇੰਦਪਾਲ ਸਾਹਿਬ, ਇਹਨਾਂ ਦੇ ਵਿੱਚ ਆਪਾਂ
ਜਿਹੜੇ ਸਿਟੀ ਸੀਲਿੰਗ ਪਲਾਨਸ ਹੈ ਉਹ ਇੰਪਲੀਮੈਂਟ ਕੀਤੇ ਗਏ ਹਨ। ਐਸ ਐਚ ਓਸ ਅਤੇ ਹਲਕਾ ਜੀ ਓਸ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਸ਼ਤੈਦੀ ਨਾਲ ਜਿਹੜਾ ਆਪਣਾ ਕੰਮ ਕਰਨ ਅਤੇ ਜਿਹੜਾ ਮਾੜੇ ਅਨਸਰ ਹੈ ਉਹਨਾਂ 'ਤੇ ਨੱਥ ਪਾਉਣ। ਤਰਨ ਤਾਰਨ ਪੁਲਿਸ ਸਭ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਜਿਹੜਾ ਤੁਹਾਨੂੰ ਇਨਸਾਫ ਦਿਵਾਉਣ ਦੇ ਵਿੱਚ ਵੀ ਵਚਨਬੱਧ ਹੈ। ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਆਪ ਜੀ ਨੂੰ ਕੋਈ ਵੀ ਜੇ ਮੁਸ਼ਕਿਲ ਆਉਂਦੀ ਹੈ ਸਿੱਧਾ ਮੈਨੂੰ ਮੇਰੇ ਦਫ਼ਤਰ ਆ ਕੇ ਮਿਲ ਸਕਦੇ ਹਨ। ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨ ਤਾਰਨ।